ਤੋ ਕੱਲ ਜੋ ਅਜਨਾਲੇ ਠਾਣੇ ਦੇ ਵਿੱਚ ਹੋਇਆ ਜੀ ਭਾਈ ਸਾਹਿਬ ਨੇ ਬਹੁਤ ਕਹਿੰਦੇ ਗਲਤ ਕੀਤਾ ਭਾਈ ਅਮਰਤਪ ਸਿੰਘ ਖਾਲਸਾ ਜੀ ਹੋਣਾ ਨੇ ਬਹੁਤ ਗਲਤ ਕੀਤਾ ਜੀ ਜਿਹੜਾ ਗੁਰੂ ਸਾਹਿਬ ਨੂੰ ਲੈ ਕੇ ਠਾਣੇ ਦੇ ਵਿੱਚ ਠਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾਣੇ ਚਾਹੀਦੇ ਸੀ ਠੀਕ ਹੈ ਠਾਣੇ ਦੇ ਵਿੱਚ ਤਾਂ ਆਪਣੇ ਜਿਹੜੇ ਨੌਜਵਾਨ ਪਿੰਡਾਂ ਚੋਂ ਗਏ ਹਨ ਉਹ ਮਰਵਾਉਣੇ ਚਾਹੀਦੇ ਸੀ ਭਾਈ ਸਾਹਿਬ ਨੂੰ ਜਿਹੜੇ ਨਾਲ ਭਾਈ ਸਾਹਿਬ ਦੇ ਜਾਗਦੀਆਂ ਜ਼ਮੀਰਾਂ ਵਾਲੇ ਘਰਾਂ ਤੋਂ ਭੱਜ-ਭੱਜ ਚਲੇ ਗਏ ਨਾ ਮੈਂ ਨਹੀਂ ਗਿਆ ਜੀ ਮੈਂ ਨਹੀਂ ਗਿਆ ਪਰ ਮੇਰਾ ਹੱਕ ਆ ਵੀ ਭਾਈ ਸਾਹਿਬ ਉੱਥੇ ਗੁਰੂ ਸਾਹਿਬ ਮੈਂ ਟੰਗ ਡਾਉਣੀ ਆ ਵਿੱਚ ਮੈਂ ਕਹਿਣਾ ਵੀ ਭਾਈ ਭਾਈ ਸਾਹਿਬ ਨੇ ਆਪਦੀ ਜਵਾਨ ਤੇ ਖੜੇ ਇੱਕ ਗੁਰੂ ਦੇ ਖਾਲਸੇ ਨੇ ਜਰਨੈਲ ਨੇ ਜਵਾਨ ਤੇ ਕਿਵੇਂ ਖੜ ਗਿਆ ਆਪਦੀ ਉਹ ਜਰਨੈਲ ਜਿਹੜੀਆਂ ਗੱਲਾਂ ਕਹਿੰਦਾ ਉਹ ਪੂਰੀਆਂ ਕਿਵੇਂ ਕਰ ਗਿਆ ਮੈਂ ਇਹ ਗੱਲ ਕਹਿਣੀ ਆ ਕਿਉਂਕਿ ਮੇਤੋਂ ਜਰ ਨਹੀਂ ਹੁੰਦਾ ਮੈਂ ਰੌਲਾ ਤਾਂ ਪਾਉਣਾ ਕਿ ਸਾਨੂੰ ਜਰਨੈਲ ਚਾਹੀਦਾ ਮੈਂ ਰੌਲਾ ਤਾਂ ਪਾਉਣਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਵਾਲਾ ਕੋਈ ਸੂਰਮਾ ਚਾਹੀਦਾ पर ਮੈਂ ਜ਼ੁਰਤ ਨਹੀਂ ਰੱਖਣੀ ਵੀ ਜੇ ਕੋਈ ਅੱਜ ਸ਼ੂਰਮਾ ਆ ਗਿਆ ਤਾਂ ਇਹ ਕਹਿ ਸਕਾਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜ਼ੁਰਤ ਵਾਲਾ ਖਾਲਸਾ ਉਹਨੇ ਸਾਡੇ ਨੌਜਵਾਨ ਤੇ ਸਿਰਾਂ ਤੇ ਦਸਤਾਰਾਂ ਸਜਾਈਆਂ ਇਹ ਜ਼ੁਰਤ ਨਹੀਂ ਰੱਖਣੀ ਮੈਂ ਕਹਿਣ ਦੀ ਕਿਉਂ ਕਿ ਕਿ ਮੇਰੀ ਔਕਾਤ ਉਹ ਕੋਈ ਨਹੀਂ ਚਾਹੁੰਦਾ ਇਹ ਰਾਜਨੀਤੀਆਂ ਵਾਲੇ ਆ ਜਿਹੜੇ ਕਹਿੰਦੇ ਸੀ ਉੱਥੇ ਪਹੁੰਚਣਾ ਨਹੀਂ ਭਾਈ ਸਾਹਿਬ ਨੇ ਆ ਨਹੀਂ ਕਰਨਾ ਇਹ ਸਭ ਸਾਨੂੰ ਖਾਣ ਆਏ ਨੇ ਉਹ ਫੱਟ ਦੀ ਲਹਨ ਤਾਂ ਥੋੜੇ ਇਹੋ ਜਿਹੇ ਬੰਦਿਆਂ ਦੇ ਜਿਨ੍ਹਾਂ ਨੂੰ ਇੰਨੇ ਨੇ ਸਾਲ ਸੋ ਨੂੰ ਬਾਬਿਆਂ ਦੇ ਡੇਰਿਆਂ ਤੇ ਜਾਂਦਿਆਂ ਨੂੰ ਹੋ ਗਏ ਲੋਕਾਂ ਦੀਆਂ ਚੌਂਕੀਆਂ ਭਰਦਿਆਂ ਨੂੰ ਹੋ ਗਏ ਸੋ ਤੋਂ ਇਹ ਕੁਝ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇਵਾਲਾ ਸੋ ਕੱਲ ਜੋ ਅਜਨਾਲੇ ਠਾਣੇ ਦੇ ਵਿੱਚ ਹੋਇਆ ਜੀ ਭਾਈ ਸਾਹਿਬ ਨੇ ਬਹੁਤ ਕਹਿੰਦੇ ਗਲਤ ਕੀਤਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਹੋਣਾ ਨੇ ਤੇ ਅਮਰਤਪਾਲ ਸਿੰਘ ਖਾਲਸਾ ਜੀ ਹੋਣਾ ਨੇ ਬਹੁਤ ਗਲਤ ਕੀਤਾ ਜੀ ਜਿਹੜਾ ਗੁਰੂ ਸਾਹਿਬ ਨੂੰ ਲੈ ਕੇ ਠਾਣੇ ਦੇ ਵਿੱਚ ਠੀਕ ਹੈ ਪੁਲਿਸ ਵਾਲੇ ਵੀ ਕਹਿ ਰਹੇ ਆ ਜੀ ਥਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਿਲਕੁਲ ਗਲਤ ਕਰਤਾ ਹੈ ਥਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾਣੇ ਚਾਹੀਦੇ ਸੀ ਠੀਕ ਹੈ ਥਾਣੀ ਦੇ ਵਿੱਚ ਤਾਂ ਆਪਣੇ ਜਿਹੜੇ ਨੌਜਵਾਨ ਪਿੰਡਾਂ ਚੋਂ ਗਏ ਹਨ ਉਹ ਮਰਵਾਉਣੇ ਚਾਹੀਦੇ ਸੀ ਭਾਈ ਸਾਹਿਬ ਨੂੰ ਜਿਹੜੇ ਨਾਲ ਭਾਈ ਸਾਹਿਬ ਦੇ ਜਾਗਦੀਆਂ ਜ਼ਮੀਰਾਂ ਵਾਲੇ ਘਰਾਂ ਤੋਂ ਭੱਜ-ਭੱਜ ਚਲੇ ਗਏ ਨਾ ਮੈਂ ਨਹੀਂ ਗਿਆ ਜੀ ਕਿਉਂਕਿ ਮੈਂ ਬਹੁਤ ਦੂਰ ਬੈਠਾ ਮੈਂ ਨਹੀਂ ਗਿਆ ਪਰ ਮੇਰਾ ਹੱਕ ਆ ਵੀ ਭਾਈ ਸਾਹਿਬ ਉੱਥੇ ਗੁਰੂ ਸਾਹਿਬ ਮੈਂ ਟੰਗ ਡਾਉਣੀ ਆ ਵਿੱਚ ਮੈਂ ਕਹਿਣਾ ਵੇ ਭਾਈ ਭਾਈ ਸਾਹਿਬ ਨੇ ਆਪਣੀ ਜਵਾਨ ਤੇ ਖੜੇ ਇੱਕ ਗੁਰੂ ਦੇ ਖਾਲਸੇ ਨੇ ਜਰਨੈਲ ਨੇ ਜਵਾਨ ਤੇ ਕਿਵੇਂ ਖੜ ਗਿਆ ਆਪਣੀ ਤੇ ਉਹ ਜਰਨੈਲ ਜਿਹੜੀਆਂ ਗੱਲਾਂ ਕਹਿੰਦਾ ਉਹ ਪੂਰੀਆਂ ਕਿਵੇਂ ਕਰ ਗਿਆ ਮੈਂ ਇਹ ਗੱਲ ਕਹਿਣੀ ਆ ਕਿਉਂਕਿ ਮੇਰੇ ਤੋਂ ਜਰ ਨਹੀਂ ਹੁੰਦਾ ਮੈਂ ਰੌਲਾ ਤਾਂ ਪਾਉਣਾ ਕਿ ਸਾਨੂੰ ਜਰਨੈਲ ਚਾਹੀਦਾ ਮੈਂ ਰੌਲਾ ਤਾਂ ਪਾਉਣਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਵਾਲਾ ਕੋਈ ਸ਼ੂਰਮਾ ਚਾਹੀਦਾ ਪਰ ਮੈਂ ਯੁਰਤ ਨਹੀਂ ਰੱਖਣੀ ਵੀ ਜੇ ਕੋਈ ਅੱਜ ਸ਼ੂਰਮਾ ਆ ਗਿਆ ਤਾਂ ਇਹ ਕਹਿ ਸਕਾਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੁਰਤ ਵਾਲਾ ਖਾਲਸਾ ਵਾ ਉਹਨੇ ਸਾਡੇ ਨੌਜਵਾਨ ਤੇ ਸਿਰਾਂ ਤੇ ਦਸਤਾਰਾਂ ਸਜਾਈਆਂ ਇਹ ਜੁਰਤ ਨਹੀਂ ਰੱਖਣੀ ਮੈਂ ਕਹਿਣ ਦੀ ਕਿਉਂ ਕਿਉਂਕਿ ਮੇਰੀ ਔਕਾਤ ਉਹਨਾਂ ਸਾਧਾਂ ਕੋਲੇ ਜਾਣਦੀ ਆ ਮੇਰੀ ਔਕਾਤ ਇੱਥੇ ਕਿੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਲਿਜਾ ਕੇ ਪ੍ਰਕਾਸ਼ ਕਰਕੇ ਲੋਕ ਬੇਅਦਬੀਆਂ ਕਰਦੇ ਆ ਉੱਥੇ ਨਹੀਂ ਅਸੀਂ ਕਹਿਣਾ ਨਾ 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 ਜੇ ਠਾਣੇ 'ਚ ਗੁਰੂ ਸਾਹਿਬ ਚਲੇ ਗਏ ਨਾ ਹੁਣ ਕੰਨ ਖੋਲ ਕੇ ਸੁਣ ਲਿਓ ਤਾਂ ਭਾਈ ਸਾਹਿਬ ਇਸ ਕਰਕੇ ਲੈ ਕੇ ਗਏ ਨੇ ਕਿ ਕੋਈ ਪੁਲਿਸ ਵਾਲਾ ਕਿਸੇ ਮਾਂ ਦਾ ਪੁੱਤ ਨਾ ਮਰੇ ਕੋਈ ਉਹਨਾਂ ਨਾਲ ਗਏ ਵੇ ਸੂਰਮੇ ਜਰਨੇਲਾ ਚ ਯੋਧਿਆਂ ਚ ਕਿਉਂਕਿ ਉਹ ਯੋਧੇ ਇਨੇ ਜਿਹੜੇ ਭਾਈ ਸਾਹਿਬ ਦੇ ਨਾਲ ਅਜਨਾਲੇ ਖੜ ਗਏ ਉਹ ਯੋਧੇ ਇਨੇ ਉਹ ਸੂਰਮੇ ਇਨੇ ਉਹ ਉਹ ਨਾ ਕੋਈ ਸੀਧ ਹੋ ਜਵੇ ਕੋਈ ਪੁਲਿਸ ਵਾਲੇ ਦਾ ਨੁਕਸਾਨ ਨਾ ਹੋ ਜਵੇ ਅਸੀਂ ਗੁਰੂ ਸਾਹਿਬ ਦੇ ਸਤਕਾਰ ਨੂੰ ਦੇਖਦੇ ਹੋਏ ਪੁਲਿਸ ਵਾਲੇ ਵੀ ਪਰ ਤੁਸੀਂ ਤਾਂ ਯਾਰ ਗਲਤ ਬਿਆਨਬਾਜ਼ੀਆਂ ਸ਼ੁਰੂ ਕਰਤੀਆਂ ਤੁਸੀਂ ਤਾਂ ਇੱਥੋਂ ਤੱਕ ਅੱਗ ਕਿਉਂ ਨਹੀਂ ਠਾਣੇ 'ਚ ਗੁਰੂ ਸਾਹਿਬ ਜਾ ਸਕਦੇ ਠਾਣੇ ਦੇ ਵਿੱਚ ਕੌਣ ਰਹਿੰਦਾ ਉੱਥੇ ਜਲਾਦ ਰਹਿੰਦੇ ਨੇ ਉਥੇ ਕੌਣ ਰਹਿੰਦਾ ਹੈ ਠਾਣੇ ਦੇ ਵਿੱਚ ਵੀ ਬੰਦੇ ਰਹਿੰਦੇ ਨੇ ਪੰਜਾਬ ਦੇ ਪੁੱਤਰ ਨੇ ਮੈਂ ਧੰਨਵਾਦ ਕਰਦਾ ਇੱਕ ਵੀਡੀਓ ਆਈ ਆ ਜਿਦੇ ਵਿੱਚ ਕਿਸੇ ਵੀ ਸਰਦਾਰ ਨੇ ਪਗਬੰਨੀ ਵਾਲੇ ਨੇ ਕਿਸੇ ਵੀ ਸੰਗਤ ਤੇ ਅਟੈਕ ਨਹੀਂ ਕੀਤਾ ਧੰਨਵਾਦ ਆ ਪੁਲਿਸ ਵਾਲਿਓ ਤੁਹਾਡੇ ਜਾਗਦਿਆਂ ਜ਼ਮੀਰਾਂ ਰੱਖਿਓ ਇਹ ਉਹ ਸ਼ਖਸ ਆ ਗਿਆ ਆਪਣੇ ਕੋਲੇ ਮੇਰੀ ਚਾਹੇ ਉਮਰ ਛੋਟੀ ਹੋਵੇ ਪਰ ਮੈਂ ਸੱਚ ਜਾਣਨਾ ਅੰਦਰ ਨੂੰ ਇੱਕ ਖਿੱਚ ਪੈਂਦੀ ਆ ਕਿ ਇਹ ਸੂਰਮਾ ਆਪਾਂ ਨੂੰ ਮਿਲ ਗਿਆ ਪੰਜਾਬ ਦੇ ਇਹਦੀ ਉਮਰ ਬਹੁਤ ਛੋਟੀ ਹੈ ਵੀ ਸੁਣ ਦੱਸ ਨੇ ਇਹ ਸੂਰਮੇ ਦੀ ਉਮਰ ਬਹੁਤ ਛੋਟੀ ਹੈ ਇਹ ਨੋਟ ਕਰ ਲਿਓ ਉਮਰਛੋਟੀਆਂ ਕੌਣ ਯਾਰ ਲੂਏ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਢੇਰਾ ਪੈਂਦਿਆਂ ਨੂੰ ਉਹ ਜਿਹਦਾ ਚੱਟਾ ਵਕਦਾ ਹੋਵੇ ਥੋੜਾ ਥੋੜਾ 5-500 ਦਾ 1000-1000 ਦਾ ਉਹ ਕੌਣ ਯਾਰ ਲੂ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਗੁਟਕਾ ਸਾਹਿਬ ਆ ਜੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਸੰਭਾਲਣ ਦੀਆਂ ਜ਼ਿੰਮੇਵਾਰੀਆਂ ਆ ਜਾਣ ਚਾਹੁੰਦਾ ਕੋਈ ਉਹ ਕੋਈ ਨਹੀਂ ਚਾਹੁੰਦਾ ਇਹ ਰਾਜਨੀਤੀਆਂ ਵਾਲੇ ਆ ਜਿਹੜੇ ਕਹਿੰਦੇ ਸੀ ਉੱਥੇ ਪਹੁੰਚਣਾ ਨਹੀਂ ਭਾਈ ਸਾਹਿਬ ਨੇ ਆ ਨਹੀਂ ਕਰਨਾ ਇਹ ਸਭ ਸੋਨੂੰ ਖਾਣ ਆਏ ਨੇ ਇਹਨਾਂ ਦੇ ਆਪਣੀਆਂ ਪੀੜ੍ਹੀਆਂ ਥੱਲੇ ਛੋਟੇ ਮਾਰ ਲਿਓ ਇਹਨਾਂ ਦੇ ਇਹ ਕਿਥੋਂ ਤੱਕ ਆਫਤure ਫਿਰਦੇ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਹੁਣ ਜਾਗ ਗਈ ਆ ਜਿਹੜੀ ਤੁਰ ਪਈ ਐ ਇਸ ਪਾਸੇ ਨੂੰ ਆ ਮੇਰੇ ਪਿੰਡ ਦੇ ਵਿੱਚ ਜਿਹੜੇ ਨਸ਼ਾ ਕਰਦੇ ਆ ਨੌਜਵਾਨ ਕਹਿੰਦੇ ਭਾਈ ਸਾਹਿਬ ਦੇ ਕਿਤੇ ਖਾਲਸਾ ਜੀ ਦੀਵਾਨੀ ਕਰਾ ਲਿਓ ਉਹ ਫਟ ਦੀ ਲਹਨਤ ਆ ਤੁਹਾਡੇ ਇਹੋ ਜਿਹੇ ਬੰਦਿਆਂ ਦੇ ਜਿਨ੍ਹਾਂ ਨੂੰ ਇੰਨੇ ਨੇ ਸਾਲ ਤੋਂ ਨੂੰ ਬਾਬਿਆਂ ਦੇ ਡੇਰਿਆਂ ਤੇ ਜਾਂਦਿਆਂ ਨੂੰ ਹੋ ਗਏ ਲੋਕਾਂ ਦੀਆਂ ਚੌਂਕੀਆਂ ਭਰਦਿਆਂ ਨੂੰ ਹੋ ਗਏ ਸੋ ਤੋਂ ਇਹ ਕੁਛ ਨਹੀਂ ਹੋਇਆ ਜਿਹੜੇ ਇੱਕ ਖਾਲਸੇ ਨੇ ਸਾਡੇ ਨੇ ਆ ਕੇ ਬਹੁਤ ਛੇਤੀ ਕਾਰਜ ਕਰਤਾ ਇਸ ਕਰਕੇ ਥੋੜਾ ਜਿਹਾ ਧਿਆਨ ਰੱਖ ਲਿਆ ਕਰੋ ਤੇ ਗੁਰੂ ਸਾਹਿਬ ਇਸ ਕਰਕੇ ਗਏ ਸੀ ਥਾਣੇ ਦੇ ਵਿੱਚ ਕਿ ਕਿਸੇ ਥਾਣੇ ਦੇ ਪੁਲਿਸ ਮਲਾਜਮਾਂ ਦਾ ਨੁਕਸਾਨ ਨਾ ਹੋਵੇ ਤੇ ਜਿਹੜੇ ਨੌਜਵਾਨ ਮੇਰੇ ਵੀਰ ਭੈਣ ਭਰਾ ਬਜ਼ੁਰਗ ਭਾਈ ਸਾਹਿਬ ਦੇ ਨਾਲ ਸੰਘਰਸ਼ ਵਿੱਚ ਗਏ ਨੇ ਅਦਾਸ ਉਹਨਾਂ ਨੂੰ ਸਿਰਦਾ ਕਰਦਾ ਹਾਂ